गया जी। मेरा पिंड दोदा है, मैनू पता लगा इतने एक संस्था भी अपने नाल दे पिंड कम कर रही है पोल्यूशन के उत्ते कि पोल्यूशन ना होवे। उन्होंने हैप्पी सीडर मल्चर एम बी फ्लो वगैरह भेजे ने पोल्यूशन तो रहित करने वास्ते। मैं भी चाहना भी यहोजा मशीनरी यहोजे प मल्चर हैप्पी सीडर वगैरह मेरे पिंड नूं भी मुहैया कराए जाण ਤਾਂ ਕਿ ਹਰ ਇੱਕ ਬੰਦਾ ਆਰਾਮ ਨਾਲ ਇਹਨੂੰ ਵਰਤ ਸਕੇ, ਆਰਾਮ ਨਾਲ ਲੈ ਸਕੇ। ਸਾਡੀ ਸੰਸਥਾ ਦੇ ਵਿੱਚ ਅਸੀਂ ਇੰਡੀਕੇਸ਼ਨ ਦੇਖੀ ਹੈ ਵੀ ਪਿਛਲੇ ਸਾਲਾਂ ਦੇ ਨਾਲੋਂ ਜਿਹੜੇ ਸਾਡੇ ਬੱਚੇ ਪੁਰਾਣੇ ਸਮੇਂ ਦੇ ਵਿੱਚ ਖੰਘਦੇ ਸੀ ਬਹੁਤ ਜ਼ਿਆਦਾ ਅਤੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਬਿਮਾਰ ਹੋ ਜਾਂਦੇ ਸੀ। ਨੁਕਸਾਨ ਆਮ ਧੂੰਏ 'ਚ ਸਾਹ ਲੈਣਾ ਬਹੁਤ ਔਖਾ ਹੋ ਜਾਂਦਾ ਸੀ, ਜੇ ਕੋਈ ਰੋਡ ਦੇ ਲਵੇ ਅੱਗ ਲੱਗੀ ਵੀ ਆ ਤਾਂ ਐਕਸੀਡੈਂਟਾਂ ਦਾ ਖਤਰਾ ਹੁੰਦਾ ਸੀ, ਜਵਾਕਾਂ ਨੂੰ ਬਹੁਤ ਔਖਾ ਹੋ ਜਾਂਦਾ ਸੀ, ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਘੱਟਦੀ ਸੀ। ਧੂੰਏ ਨਾਲ ਜੀ ਬਸ ਤਾਂ ਹੀ ਮਾੜਾ ਮੋਟਾ ਜਾ ਖੰਘੇ ਨਹੀਂ ਖੜਦੇ, ਧੂੰਏ ਸਾਹ ਦੇ ਹੀ ਚੜ੍ਹ ਜਾਂਦੇ, ਜਿਹੜੇ ਬੱਚਿਆਂ ਨੂੰ ਧੂੰਆਂ ਚੜ੍ਹਦਾ ਇਹ ਖਰਾਬ ਹੈ ਘਰ। ਪਰ ਐਤਕੀ ਜਿਹੜਾ ਹੈਗਾ ਇਹ CII ਹੈ ਅਤੇ ਜਿਹੜਾ ਇਹ ਕਿਸਾਨਾਂ ਦੀ ਇੱਕ ਮੈਂ ਕਹਿੰਦਾ ਵੀ ਵਧੀਆ ਗੱਲ ਆ, ਉਹਦੇ ਕਰਕੇ ਜਿਹੜਾ ਸਾਡੀ ਸੰਸਥਾ ਦੇ ਉੱਤੇ ਵੀ ਬਹੁਤ ਵਧੀਆ ਅਸਰ ਪਿਆ ਵੀ ਇਹ ਬੱਚੇ ਐਤਕੀ ਜਿਹੜੇ ਹੈਗੇ ਬਿਲਕੁਲ ਖੰਘਦੇ ਨਹੀਂ ਹੈ ਅਤੇ ਬਿਲਕੁਲ ਬਿਮਾਰ ਨਹੀਂ ਹੋਏ। ਹੁਣ ਸਾਨੂੰ CII ਵਾਲਿਆਂ ਨੇ ਕਹਿੰਦਾ ਸਮਾਨ ਦਿੱਤਾ ਸੁਸਾਇਟੀ ਨੂੰ, ਉਹਦੇ ਕਰਕੇ ਅਸੀਂ ਹੁਣ ਮਲਬਾ ਵਿੱਚ ਹੀ ਵਾਹ ਰਹੇ ਹਾਂ ਸਾਰੇ, ਸਾਡਾ ਫਾਸਫੋਰਸ ਜ਼ਮੀਨ ਦੇ ਤੱਤ ਸਾਰੇ ਪੂਰੇ ਹੋ ਰਹੇ ਨੇ, ਇਹਦੇ ਨਾਲ ਅੱਗ ਨਾਲ ਤਾਂ ਉੱਪਰਲੇ ਉਪਜਾਊ ਮਿੱਟੀ ਉਹ ਘੱਟ ਰਹੀ ਸੀ ਨਾ, ਹੁਣ ਸਾਰੇ ਤੱਤ ਪੂਰੇ ਹੋ ਰਹੇ ਨੇ, ਸਾਨੂੰ ਗਾਹਾਂ 2-3 ਸਾਲ ਬਾਅਦ ਰੇਹ ਖਾਦ ਘੱਟ ਜੂਗਾ ਸਾਡਾ ਪੈਣਾ। ਅਤੇ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ, ਤੁਹਾਨੂੰ ਚਾਹੀਦਾ ਵੀ ਇਹਦੇ ਵਿੱਚ ਸਾਨੂੰ ਕੋਈ ਦਿੱਕਤ ਆਊ, ਅਸੀਂ 3 ਸਾਲ ਤੋਂ ਇਹ ਪ੍ਰੋਸੈਸ ਕਰ ਰਹੇ ਹਾਂ, ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ। ਤਾਂ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਅਤੇ ਪੰਜਾਬ ਦੇ ਵਾਤਾਵਰਨ ਨੂੰ ਬਚਾਈਏ, ਇਹੀ ਮੇਰੇ ਤੁਹਾਨੂੰ ਬੇਨਤੀ ਹੈ। ਧੰਨਵਾਦ।